Hello everyone my name is Harpreet I am a regulated Canadian immigration consultant I do practice here in Mississauga Ontario aaj di video de vich jo main topic tuhada discuss kar rahe ha o hega express entry de related bahut wari ye confusion hundi hai ki express entry de hours nu leke ki full time hours tusi kis tarah calculate kar sakde ho ya part time so i thought ki ek video bana da tuhanu thodi clarity ho jegi ki kis tarah tusi kinne apne hours jehde hege express entry layi count kar sakde ho ਸੋ ਸਭ ਤੋਂ ਪਹਿਲਾਂ ਅਸੀਂ ਫੁੱਲ ਟਾਈਮ ਜਾਂ ਪਾਰਟ ਟਾਈਮ ਆਵਰਜ਼ ਦੀ ਰਿਕੁਆਇਰਮੈਂਟ ਚੈੱਕ ਕਰ ਲੈਣੇ ਹਨ ਸੋ ਬੇਸਿਕਲੀ ਜੇ ਮੈਂ ਗੱਲ ਕਰਾਂ ਤੇ ਫੁੱਲ ਟਾਈਮ ਜਾਂ ਪਾਰਟ ਟਾਈਮ ਜਿਹੜੇ ਆਵਰਜ਼ ਨੇ ਐਕਸਪ੍ਰੈਸ ਐਂਟਰੀ ਦੇ ਲਈ ਜੇ ਤੁਸੀਂ 1 ਸਾਲ ਫੁੱਲ ਟਾਈਮ ਕੰਮ ਕਰਦੇ ਹੋ 30 ਆਵਰਜ਼ ਪਰ ਵੀਕ ਤਾਂ ਤੁਸੀਂ 1 ਸਾਲ ਦੇ ਵਿੱਚ ਆਪਣੇ 1560 ਆਵਰਜ਼ ਜਿਹੜੇ ਕਿ ਪੂਰੇ ਕਰ ਲੈਣੇ ਹੋ ਸੋ ਇਸ ਤੋਂ ਜ਼ਿਆਦਾ ਤੁਸੀਂ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਹੋ ਬਟ ਮੈਕਸਿਮਮ ਜਿਹੜੇ ਆਈਆਰਸੀਸੀਆਈ ਆਵਰਸ ਜਿਹੜੇ ਕਿ ਕਾਊਂਟ ਕਰਦੀ ਨੇ ਉਹ ਕਿ 30 ਆਵਰਸ ਪਰ ਵੀ ਹੁਣ ਜੇ ਪਾਰਟ ਟਾਈਮ ਆਵਰਸ ਦੀ ਗੱਲ ਕਰੀਏ ਤਾਂ ਸਾਡਾ ਇਕੁਅਲ ਅਮਾਉਂਟ ਇਨ ਪਾਰਟ ਟਾਈਮ ਆਵਰਸ ਜਿਹੜੇ ਕਿ ਇਹ ਤਾਂ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ 15 ਘੰਟੇ ਕੰਮ ਕਰਦੇ ਹੋ ਪਾਰਟ ਟਾਈਮ ਦੇ ਤੌਰ ਤੇ ਤਾਂ ਤੁਸੀਂ 24 ਮੰਥਸ ਕੰਮ ਕਰਨਾ ਹੈ ਤਾਂ ਉਹ ਇਕੁਅਲ ਅਮਾਉਂਟ ਇੱਕ ਸਾਲ ਵੰਡ ਦੇਗਾ ਜਿਹੜਾ ਕਿ 1560 ਘੰਟੇ ਬਣਦੇ ਨੇ ਜੇ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਇੱਕ ਤੋਂ ਵੱਧ ਜੌਬ ਦੇ ਵਿੱਚ ਤਾਂ ਉਹ ਸਿਚੁਏਸ਼ਨ ਦੇ ਵਿੱਚ ਤਾਂ ਵੀ ਤੁਹਾਡੇ 30 ਆਵਰਸ ਪਰ ਵੀਕ ਜਿਹੜੇ ਕਿ 12 ਮੰਥਸ ਸੈਟ ਮੋਰ ਥੈਨ 1 ਜੌਬ ਵੀ ਤੁਸੀਂ ਕਰ ਲੈਣ ਤਾਂ ਵੀ ਤੁਹਾਡਾ 1 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਕਾਊਂਟ ਹੁੰਦਾ ਹੈ ਹੁਣ ਇੱਕ ਆਪਾਂ ਐਗਜ਼ਾਮਪਲ ਨਾਲ ਥੋੜੀ ਕਲੈਰਿਟੀ ਲੈ ਲੈਣੇ ਆ ਫੋਰ ਐਗਜ਼ਾਮਪਲ ਜੇ ਤੁਸੀਂ 42 ਆਵਰਸ ਪਰ ਵੀ ਕੰਮ ਕਰਦੇ ਹੋ ਬਟ ਤੁਹਾਡੀ ਜੌਬ ਆਫਰ ਜਿਹੜੀ ਹੈਗੀ ਪਾਰਟ ਟਾਈਮ ਹੈ ਤਾਂ ਤੁਸੀਂ ਆਪਣੇ ਆਵਰਸ ਕਿਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹੋ ਸੋ ਬੇਸਿਕਲੀ ਕੀ ਹੈਗਾ ਆਈਆਰਸੀਸੀ ਜਿਹੜਾ ਹੈਗਾ ਤੁਹਾਡੇ ਪਾਰਟ ਟਾਈਮ ਜਾਂ ਫੁੱਲ ਟਾਈਮ ਦੀ ਡਿਫੀਨੇਸ਼ਨ ਹੈ ਹਰਕੈਂਟ এমপ্লয়ার ਦੇ ਅਕੋਰਡਿੰਗ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ ਸੋ ਕੁਝ এমপ্লয়ার ਜਿਹੜੇ ਕੀ ਕਰਦੇ ਨੇ ਜਿਵੇਂ ਕਿ ਉਹਨਾਂ ਨੂੰ ਕੁਝ ਬੈਨੀਫਿਟਸ ਐਕਸਟਰਾ ਦੇਣੇ ਪੈਂਦੇ ਨੇ ਕਈ ਵਾਰ ਜੇ ਫੁੱਲ ਟਾਈਮ এমਪਲਾਈ ਹੁੰਦਾ ਨਾ ਸੋ ਇਸ ਕਰਕੇ ਉਹ ਪਾਰਟ ਟਾਈਮ ਸੋ ਉਹਨੂੰ ਡੈਜ਼ਿਗਨੇਸ਼ਨ ਤੇ ਰੱਖਦੇ ਨੇ ਬਟ ਤੁਸੀਂ ਆਵਰਸ ਕਾਫੀ ਜ਼ਿਆਦਾ ਲਗਾਨੇ ਹੋ ਫੋਰ ਐਗਜ਼ਾਮਪਲ ਇਸ ਪਾਰਟिकुलर ਸਿਚੁਏਸ਼ਨ ਦੇ ਵਿੱਚ ਜੇ ਤੁਸੀਂ 42 ਆਵਰਸ ਕੰਮ ਕਰ ਰਹੇ ਹੋ ਤਾਂ ਤੁਸੀਂ ਕੀ ਆਪਣੇ ਕਿਸ ਤਰ੍ਹਾਂ ਆਵਰਸ ਕੈਲਕੂਲੇਟ ਕਰ ਸਕਦੇ ਹੋ ਸੋ ਬੇਸਿਕਲੀ ਤੁਸੀਂ ਜਿਹੜੇ ਹੈਗੇ ਆ ਮੈਕਸਿਮਮ ਆਵਰ ਜਿਹੜੇ ਕੇ ਤੁਸੀਂ 30 ਨੂੰ ਹੀ ਕੈਲਕੂਲੇਟ ਕਰ ਪਾਉਂਗੇ ਆਲਦੋ ਇਟ ਇਜ਼ 42 ਆਵਰਸ ਬਟ ਉਹ 30 ਆਵਰਸ ਹੀ ਮੈਕਸਿਮਮ ਅਲੋਕੇਸ਼ਨ ਹੈ ਸੋ ਤੁਸੀਂ 52 ਵੀਕਸ ਨਾਲ ਜੇ ਤੁਸੀਂ ਮਲਟੀਪਲਾਈ ਕਰੋ ਤਾਂ 1560 ਬਣ ਜਾਂਦੇ ਨੇ ਸੋ ਇਸ ਤਰ੍ਹਾਂ ਇਹ ਜਿਹੜੀ ਕਲਾਸੀਫਿਕੇਸ਼ਨ ਤੁਸੀਂ ਕਰ ਸਕਦੇ ਹੋ ਰਿਗਾਰਡਲੈਸ ਤੁਹਾਡੀ ੈਂਪਲੋਇਰ ਵੱਲੋਂ ਕੀ ਤੁਹਾਨੂੰ ਡੈਜ਼ਿਗਨੇਸ਼ਨ ਦਿੱਤੀ ਗਈ ਹੈ ਫੁੱਲ ਟਾਈਮ ਹੈ ਜਾਂ ਪਾਰਟ ਟਾਈਮ ਹੈ ਉਹ ਮੈਟਰ ਇੱਥੇ ਨਹੀਂ ਕਰਦਾ ਮੈਟਰ ਇੱਥੇ ਕਰਦਾ ਵਾਪੇ ਵੀ ਤੁਸੀਂ ਕਿਆ ਆਵਰਸ ਕਿੰਨੇ ਕੰਮ ਕਰਦੇ ਹੋ ਵੀਕਲੀ ਬੇਸਿਸ ਤੇ ਤੇ ਉਹ ਅਪ ਟੂ 52 ਵੀਕਸ ਨਾਲ ਤੁਸੀਂ ਮਲਟੀਪਲਾਈ ਉਹਨੂੰ ਕਰਨਾ ਹੈ ਸੋ ਇਹ ਕਈ ਵਾਰੀ ਬ੍ਰੇਕ ਵੀ ਹੋ ਜਾਂਦੀ ਇਮਪਲॉयਮੈਂਟ ਦੇ ਵਿੱਚ ਜੇ ਤੁਹਾਡੀ ਇਮਪਲॉयਮੈਂਟ ਦੇ ਵਿੱਚ ਬ੍ਰੇਕ ਹੈ ਤਾਂ ਉਹ ਸਿਚੁਏਸ਼ਨ ਦੇ ਵਿੱਚ ਤੁਸੀਂ ਉਹ ਜਿਹੜਾ ਟਾਈਮ ਪੀਰੀਅਡ 카ਉਂਟ ਨਹੀਂ ਕਰਨਾ ਤੇ ਉਹ ਤੁਸੀਂ ਐਕਸਟਰਾ ਐਕਸਟਰਾ ਟਾਈਮ ਜਿਹੜਾ ਕਿਸੇ ਹੋਰ ਕੰਪਨੀ ਨਾਲ ਕੰਮ ਕਰ ਸਕਦੇ ਹੋ ਉਹਦੇ ਨਾਲ ਕੀ ਹੋਏਗਾ ਐਕਸਪ੍ਰੈਸ ਐਂਟਰੀ ਦੇ ਵਿੱਚ ਇੱਕ ਐਡੀਸ਼ਨਲ ਐਂਟਰੀ ਤੁਹਾਨੂੰ ਐਡ ਕਰਨੀ ਪੈਣੀ ਹੈ ਆਈ ਹੋਪ ਇਟ ਹੈਲਪਸ ਥੈਂਕ ਯੂ ਸੋ ਮਚ ਫॉर ਵਾਚਿੰਗ